ਨਾਮਧਾਰੀ ਸਮੁਦਾਇ ਦੀ ਜਗਤ ਮਾਤਾ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਧਰਮ ਪਤਨੀ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਨਾ ਫੜੇ ਜਾਣ ਅਤੇ ਇਹਨਾਂ ਨੂੰ ਯਾਦ ਵਿੱਚ ਤਾਜ਼ਾ ਰੱਖਣ ਦੇ ਮਕਸਦ ਨਾਲ ਸਮੂਹ ਨਾਮਧਾਰੀ ਸੰਗਤਾਂ ਵੱਲੋਂ ਸਤਿਗੁਰੂ ਉਦੇ ਸਿੰਘ ਜੀ ਦੀ ਅਗਵਾਈ ਵਿੱਚ ਪੈਦਲ ਯਾਤਰਾ ਕੱਢੀ ਗਈ, ਜਿਸ ਵਿੱਚ 14 ਤੋਂ 15 ਹਜ਼ਾਰ ਦੇ ਕਰੀਬ ਨਾਮਧਾਰੀ ਸਮੁਦਾਇ ਦੇ ਲੋਕਾਂ ਨੇ ਹਿੱਸਾ ਲਿਆ। ਲੋਕਾਂ ਨੂੰ ਇਹ ਸੰਦੇਸ਼ ਦੇਣਾ ਕਿ ਇੱਕ ਸਾਡੇ ਮਾਤਾ ਜੀ ਇੰਨੇ ਬਜ਼ੁਰਗ, ਉਹਨਾਂ ਦੀ ਜਿਹੜੀ ਹੱਤਿਆ ਕੀਤੀ ਹੈ ਬੜੀ ਨਿਰਦਰਤਾ ਨਾਲ, ਉਹ ਕਾਤਿਲ ਪਕੜਿਆ ਜਾਣਾ ਚਾਹੀਦਾ। ਅੱਗੇ ਤੋਂ ਕਿਸੇ ਦੀ ਵੀ ਮਾਂ ਨਾਲ, ਕਿਸੇ ਵੀ ਬੰਦੇ ਨਾਲ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਸੁੱਖ ਸ਼ਾਂਤੀ ਲਈ ਜਿਹੜਾ ਸਾਡਾ ਜਪ ਪ੍ਰਯੋਗ ਹੈ, ਇਹ ਹੀ ਦੁਨੀਆ ਦੀ ਸੁੱਖ ਸ਼ਾਂਤੀ ਲਈ ਹੋਇਆ। ਇਹ ਸੱਚ ਪਾਤਸ਼ਾਹ ਜੀ ਦੱਸਣਾ ਚਾਹੁੰਦੇ ਵੀ ਅਸੀਂ ਸ਼ਾਂਤੀ ਪ੍ਰਸਤ ਲੋਕ ਹਾਂ, ਕੋਈ ਲੜਾਈ ਝਗੜਾ ਨਹੀਂ ਕਿਸੇ ਦੇ ਨਾਲ, ਤਾਂ ਸਾਡੀ ਮਾਤਾ ਜੀ ਨੂੰ ਕਿਉਂ ਇੱਦਾਂ ਦਾ ਦੁੱਖ ਦਿੱਤਾ ਗਿਆ? ਅਸੀਂ ਇਸ ਤੋਂ ਬਹੁਤ ਨਾਰਾਜ਼ ਹਾਂ, ਅਤੇ ਉਹ ਜਿਹੜਾ ਕਾਤਿਲ ਉਹ ਛੇਤੀ ਤੋਂ ਛੇਤੀ ਪਕੜਿਆ ਜਾਣਾ ਚਾਹੀਦਾ, ਅਤੇ ਲੋਕਾਂ ਨੂੰ ਪਤਾ ਲੱਗੇ ਵੀ ਲੋ ਵੀ ਕੋਈ ਚੀਜ਼ ਹੈ। ਸਰ, ਅੱਜ ਜਿਹੜਾ ਮਾਤਾ ਚੰਦ ਕੌਰ ਜੀ ਦੀ ਯਾਦ ਦੇ ਵਿੱਚ ਜਿਹੜੀ ਪੈਦਲ ਯਾਤਰਾ ਕੱਢੀ ਗਈ ਹੈ, ਉਹਦੇ ਨਾਲ ਲੋਕਾਂ 'ਚ ਕੀ ਸੰਦੇਸ਼ ਜਾਵੇਗਾ? ਲੋਕਾਂ ਦੇ ਵਿੱਚ ਇਹ, ਜੋ ਅਸੀਂ ਸਾਡੇ ਪੂਜਨੀਏ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨਮਾਈ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੈਦਲ ਯਾਤਰਾ ਕੱਢੀ ਹੈ, ਉਹਦਾ ਸੰਦੇਸ਼ ਇਹ ਹੈ ਵੀ ਅਸੀਂ ਸ਼ਾਂਤੀ ਰਾਹੀਂ ਆਪਣਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਾਡੇ ਪੂਜਨੀਕ ਮਾਤਾ ਜੀ ਜਿਨ੍ਹਾਂ ਨੇ ਵੀ ਕਤਲ ਕੀਤਾ, ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ, ਜਲਦੀ ਤੋਂ ਜਲਦ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਹੋਣ, ਉਹਨਾਂ ਦੇ ਚਿਹਰੇ ਤੋਂ ਚਿਹਰਾ ਬੇਕਨਾਬ ਕੀਤਾ ਜਾਵੇ, ਬੇਨਕਾਬ, ਪਤਾ ਲੱਗੇ ਵੀ ਕਿਹਨਾਂ ਨੇ ਵੀ ਇਹ ਘਿਨੌਣੀ ਹਰਕਤ ਕੀਤੀ ਹੈ, ਅਤੇ ਸਾਨੂੰ ਇਨਸਾਫ ਮਿਲ ਜਾਵੇ। ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਜਾਂ ਭਰੋਸਾ ਹੀ ਦਿੱਤਾ ਗਿਆ ਜੀ ਕਾਰਵਾਈ? ਪੁਲਿਸ ਪਿੱਛੇ ਜੇ ਸਾਡੇ ਸੱਚ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਾਡੇ ਬੰਦੇ ਰਾਜਨਾਥ ਸਿੰਘ ਜੀ ਨੂੰ ਮਿਲੇ ਸੀ, ਗ੍ਰਹਿ ਮੰਤਰੀ ਨੂੰ, ਉਹਨਾਂ ਨੇ ਭਰੋਸਾ ਦਿੱਤਾ। ਉਸ ਤੋਂ ਬਾਅਦ ਇਹ ਕੇਸ CBI ਦੇ ਸਪੁਰਦਾ, CBI ਦੇ ਅਫਸਰ ਸਾਹਿਬਾਨ, ਕਈ ਵਾਰ ਇੱਥੇ ਸ਼੍ਰੀ ਭੈਣ ਸਾਹਿਬ ਵੀ, ਹੋਰ ਜੋ ਉਹਨਾਂ ਨੂੰ ਜਿੱਥੇ ਵੀ ਕੋਈ ਲੱਗ ਰਿਹਾ ਸ਼ੱਕ ਪੈ ਰਿਹਾ ਉੱਥੇ ਆਪਣਾ ਕਰ ਰਹੇ ਨੇ, ਆਪਣੀ ਜਾਣਕਾਰੀ ਇਕੱਠੀ ਕਰ ਰਹੇ ਨੇ। ਉਹਨਾਂ ਵੱਲੋਂ ਤੋਂ ਇਹੀ ਭਰੋਸਾ ਦਿੱਤਾ ਜਾ ਰਿਹਾ ਵੀ ਅਸੀਂ ਜਲਦ ਤੋਂ ਜਲਦ ਨੂੰ ਫੜਿਆ ਜਾਵੇਗਾ। ਜੇ ਅਸੀਂ ਵਾਕ ਸਾਰੇ ਸੰਗਤ ਕਰਕੇ ਆਈਏ, ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਨਾਲ ਅੱਜ ਅਸੀਂ ਮਾਤਾ ਜੀ ਨੂੰ ਯਾਦ ਕੀਤਾ, ਉਹ ਮਾਤਾ ਜੀ ਦੀ ਪਵਿੱਤਰ ਯਾਦ ਵਿੱਚ ਸਾਰਿਆਂ ਨੇ ਇਹ ਵਾਕ ਕੀਤੀ ਹੈ ਅੱਜ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.